ਅਡਾਨੀਆਂ ਦੇ ਸੈਲੋ ਦੇ ਅੱਗੇ ਟਰਾਲੀ ਦੀਆਂ ਲੈਣਾ ਲਾ ਕੇ ਕਿਸਾਨੋਂ ਤੁਸੀਂ ਤਾਂ ਸਰਾਹੀ ਕਰਤਾ ਗੱਲ ਜਮਾ ਅਖੀਰ ਵਾਲੀ ਕਰਤੀ ਤੇ ਤੁਸੀਂ ਦਿਖਾਤਾ ਕਿ ਸਾਡੇ ਜਿੰਨੀਆਂ ਮਰਜ਼ੀ ਜੁੱਤੀਆਂ ਮਾਰ ਲਓ ਸਾਡੇ ਜਿੰਨੇ ਮਰਜ਼ੀ ਛੱਤਰ ਮਾਰ ਲਓ ਸਾਨੂੰ ਫਰਕ ਕੋਈ ਨਹੀਂ ਪੈਂਦਾ ਸਾਡੇ ਤੇ ਅਸਰ ਕੋਈ ਨਹੀਂ ਤੇ ਤੁਸੀਂ ਇਹ ਵੀ ਦਿਖਾਤਾ ਕਿ ਸਾਡੀ ਯਾਦਸ਼ਤ ਜਿਹੜੀ ਆ ਕਮਜ਼ੋਰ ਬਹੁਤ ਆ ਭਾਵੇਂ ਅੱਜ ਦੇ ਦਿਨ ਤੁਸੀਂ ਸਾਨੂੰ ਕੁੱਟ ਲਓ ਤੇ ਆਉਣ ਵਾਲੇ ਕੱਲ ਦੇ ਵਿੱਚ ਸਾਨੂੰ ਉਹ ਯਾਦ ਨਹੀਂ ਰਹਿਣਾ ਤੇ ਜਿੰਨਾ ਅਡਾਨੀਆਂ ਦਾ ਜਿੰਨਾ ਬਾਨੀਆਂ ਦਾ ਕਿਸੇ ਵੇਲੇ ਵਿਰੋਧ ਕੀਤਾ ਸੀ ਜਿੰਨਾ ਅਡਾਨੀਆਂ ਬਾਨੀਆਂ ਦੇ ਪੰਪ ਨਹੀਂ ਖੁੱਲਣ ਦਿੱਤੇ ਜਿੰਨਾ ਅਡਾਨੀਆਂ ਦੇ ਜਿਹੜੇ ਹੈਗੇ ਆ ਮਾਲ ਨਹੀਂ ਖੁੱਲਣ ਦਿੱਤੇ ਜਿੰਨਾ ਅਡਾਨੀਆਂ ਦੇ ਸੈਲੋ ਨਹੀਂ ਖੁੱਲਣ ਦਿੱਤੇ ਤਾਂ ਉਸ ਵੇਲੇ ਤੁਸੀਂ ਹੀ ਸੀ ਤੁਹਾਡੇ ਦਾਦੇ ਪੁੱਤੇ ਤੁਹਾਡੇ ਦਾਦੇ ਹੀ ਸੀ ਤੁਹਾਡੇ ਭਰਾ ਹੀ ਸੀ ਜਿਹੜੇ ਉੱਥੇ ਬੈਠੇ ਸੀ ਜਿਹੜੇ ਉਸ ਵੇਲੇ ਵਿਰੋਧ ਕਰ ਰਹੇ ਸੀ ਜਿਹੜੇ ਉਸ ਵੇਲੇ ਆਖ ਰਹੇ ਸੀ ਕਿ ਇਹਨਾਂ ਨੇ ਸਾਡਾ ਸਾਰਾ ਕੁਝ ਲੁੱਟ ਕੇ ਲੈ ਜਾਣਾ ਸਾਨੂੰ ਖਾ ਲੈਣਾ ਖਾ ਲੈਣਾ ਆ ਸਾਨੂੰ ਸਾਡੀਆਂ ਜ਼ਮੀਨਾਂ ਲੈ ਜਾਣੀਆਂ ਨੇ ਸਾਡੀਆਂ ਫਸਲਾਂ ਜਿਹੜੀਆਂ ਨੇ ਮਿੱਟੀ ਦੇ ਮੁੱਲ ਤੇ ਲੈ ਕੇ ਜਾਣਗੇ ਉਹ ਸਿੱਧੇ ਤਰੀਕੇ ਨਾਲ ਤਾਂ ਬਾਈ ਤੁਸੀਂ ਹੋਣ ਨਹੀਂ ਦਿੱਤਾ ਪਰ ਹੁਣ ਅਸਿੱਧੇ ਤਰੀਕੇ ਨਾਲ ਉਹ ਕਰਨ ਤੇ ਆਇਆ ਤੇ ਤੁਸੀਂ ਉਸੇ ਅਸਿੱਧੇ ਤਰੀਕੇ ਦੇ ਨਾਲ ਉਹ ਕਰਨ ਦੇ ਲਈ ਉਹਨਾਂ ਨੂੰ ਜਿਹੜਾ ਹੈਗਾ ਆ ਹੁਲਾਰਾ ਦੇ ਰਹੇ ਹੋ ਕਿ ਕੋਈ ਨਹੀਂ ਪਈ ਲੈ ਜੋ ਕੋਈ ਗੱਲ ਨਹੀਂ ਕਰ ਲੋ ਮੇਰੇ ਇੱਕ ਸਹਿਯੋਗੀ ਪੱਤਰਕਾਰ ਨੇ ਉੱਤੇ ਗੱਲਬਾਤ ਕੀਤੀ ਤਾਂ ਮੈਂ ਸੁਣ ਰਿਹਾ ਸੀ ਤੇ ਬਹੁਤੇ ਕਿਸਾਨ ਤਾਂ ਆਖ ਰਹੇ ਸੀ ਕਿ ਅੰਡਾਨੀ ਅਮਬਾਨੀ ਤਾਂ ਭਾਈ ਚੰਗੀ ਬੜਲੇ ਆ ਅਮੀ ਤੇਰੇ ਮੇਰੇ ਅਰਗੇ ਉੱਥੇ ਤੁਰੇ ਫਿਰਿਆ ਹੋ ਤਾਂ ਕਮਲੇ ਹੋਣਗੇ ਭਾਈ ਜਿਹੜਾ ਜਿਹੜਾ ਲੰਬਾ ਸਮਾਂ ਜਿਹੜਾ ਉੱਥੇ ਬੈਠੇ ਰਹੇ ਦਿੱਲੀ ਦੀਆਂ ਬਰੂਹਾਂ ਤੇ ਉਹ ਤਾਂ پاگل ਹੋਣਗੇ ਵਾਕਿਆ ਦੇ ਵਿੱਚ ਹੀ ਕਿਉਂਕਿ ਤੁਸੀਂ ਖੁਦ ਹੀ ਇਹ ਚੀਜ਼ ਆਖ ਰਹੇ ਸੀ ਤੇ ਇੱਕ ਬਾਪੂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਹਿੰਦਾ ਕੀ ਕਰੀਏ ਭਾਈ ਸਰਦਾ ਨਹੀਂ ਕਿਉਂ ਨਹੀਂ ਸਰਦਾ ਭਾਈ ਅਸੀਂ ਇਹ ਚੀਜ਼ ਜਿਹੜੀ ਹੈਗੀ ਆ ਕਰਕੇ ਤਾਂ ਸਰਕਾਰੀ ਖਰੀਦ ਨੂੰ ਆਪਦੇ ਹੱਥਾਂ ਦੇ ਨਾਲ ਖਤਮ ਕਰ ਰਹੇ ਆ ਆਪ ਆਪਣੇ ਪੈਰਾਂ ਦੇ ਉੱਤੇ ਉੱਪਰ ਆਪ ਖਿਡਾੜੀ ਅਸੀਂ ਜਿਹੜੀ ਹੈਗੀ ਆ ਉਹ ਮਾਰ ਰਹੇ ਆ ਕੀ ਫਾਇਦਾ ਹੋਇਆ ਉੱਥੇ ਧੁੱਪਾਂ ਚੱਲਣ ਦਾ ਕੀ ਫਾਇਦਾ ਹੋਇਆ ਠੰਡ ਜਿਹੜੀ ਹੈਗੀਆਂ ਠੰਡ ਦੀਆਂ ਰਾਤਾਂ ਉੱਥੇ ਚੱਲਣ ਦਾ ਕੀ ਫਾਇਦਾ ਹੋਇਆ ਪੋਹ ਦੀਆਂ ਰਾਤਾਂ ਉੱਥੇ ਚੱਲਣ ਦਾ ਜਿਹੜੀਆਂ ਰਾਤਾਂ ਦੇ ਵਿੱਚ ਸੀ ਰਜਾਈ ਲੈ ਕੇ ਪਏ ਹੁੰਦੇ ਸੀ ਤੇ ਉਹ ਰਾਤਾਂ ਸੀ ਜਿਹੜੀਆਂ ਹੈਗਿਣੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਚੱਲੀਆਂ ਨੇ ਮੀਂਹ ਹਨੇਰੀ ਜਿਹੜੀ ਆ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਚੱਲੀ ਆ ਤਾਂ ਕੀ ਫਾਇਦਾ ਹੋਇਆ ਖਾਸ ਕਰ ਉਹਨਾਂ ਕਸਾਨਾਂ ਦਾ ਕੀ ਫਾਇਦਾ ਹੋਇਆ ਜਿਹੜੇ ਇਹ ਆ ਕੇ ਗਏ ਸੀ ਕਿ ਅਸੀਂ ਵਾਪਸ ਮੁੜਾਂਗੇ ਜੰਗ ਜਿੱਤ ਕੇ ਮੁੜਾਂਗੇ ਪਰ ਉਹ ਤਾਂ ਨਹੀਂ ਮੁੜੇ ਉਹਨਾਂ ਦੀ ਲਾਸ਼ ਉਸ ਤੋਂ ਬਾਅਦ ਘਰੇ ਆਈ ਆ ਤਕੀ ਫਾਇਦਾ ਹੋਇਆ ਉਹਨਾਂ ਦਾ ਉੱਥੇ ਬੈਠਣ ਦਾ ਕੀ ਫਾਇਦਾ ਹੋਇਆ ਸਮਾਂ ਬਰਬਾਦ ਕਰਨ ਦਾ ਸਮੇਂ ਦੀ ਬਰਬਾਦੀ ਦਾ ਜੇਕਰ ਅਸੀਂ ਅਸਿੱਧੇ ਤਰੀਕੇ ਦੇ ਨਾਲ ਜਿਹੜੀ ਹੈਗੀ ਆਗੀ ਫਸਲ ਇਹਨਾਂ ਨੂੰ ਹੀ ਦੇਣੀ ਸੀ ਤਾਂ ਫਾਇਦਾ ਕੀ ਹੋਇਆ ਹਾਂ ਆਖ ਸਕਦੇ ਹਾਂ ਕਿ ਤੁਹਾਨੂੰ ਅੱਜ ਸਹੂਲਤਾਂ ਬੜੀਆਂ ਮਿਲ ਰਹੀਆਂ ਹੋਣਗੀਆਂ ਇਹ ਆਖ ਸਕਦਾ ਕਿ ਜੇਕਰ ਮੰਡੀ ਦੇ ਵਿੱਚ ਤੁਹਾਡੇ 1-2 ਦਿਨ ਜਾਂ 3 ਦਿਨ ਲੱਗਦੇ ਆ ਉੱਥੇ ਸ਼ਾਇਦ ਸ਼ਾਮ ਤੱਕ ਤੁਹਾਡੀ ਜਿਹੜੀ ਆ ਕਣਕ ਵਿਕ ਜਾਂਦੀ ਹੋਵੇ ਸਹੂਲਤ ਜ਼ਰੂਰ ਮਿਲਦੀ ਹੋਣੀ ਆ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਆਖਦੇ ਆ ਕਿ ਬੱਕਰੇ ਨੂੰ ਪਹਿਲਾਂ ਖਵਾਇਆ ਜਾਂਦਾ ਉਸ ਤੋਂ ਬਾਅਦ ਵੜਿਆ ਜਾਂਦਾ ਹੁੰਦਾ ਆ ਇਹ ਗੱਲ ਜਿਹੜੀ ਆ ਬੜੀ ਸਿਆਣ ਪਾਲੀ ਆਸੀਂ ਬੜੇ ਵਾਰੀ ਸੁਣਦੇ ਆ ਤੇ ਇਹ ਗੱਲ ਸੱਚ ਵੀ ਆ ਤੇ ਅੱਜ ਜੇਕਰ ਤੁਹਾਡੀ ਫਸਲ ਜਿਹੜੀ ਆ ਉਹ ਸੋਨੇ ਦੇ ਭਾਤੇ ਲੈ ਰਹੇ ਆ ਤਾਂ ਤੁਸੀਂ ਆਪਣਾ ਸੋਨਾ ਉਹਨਾਂ ਨੂੰ ਸੋਨੇ ਦੇ ਭਾਤੇ ਜਿਹੜਾ ਹੈਗਾ ਵੇਚ ਰਹੇ ਹੋ ਤਾਂ ਉਹ ਦਿਨ ਬਈ ਯਾਦ ਰੱਖਿਓ ਦੂਰ ਨਹੀਂ ਜਦੋਂ ਸੋਡਾ ਸੋਨਾ ਮਿੱਟੀ ਦੇ ਭਾਤੇ ਇਹੀ ਅਡਾਨੀ ਬਾਨੀ ਲਿਆ ਕਰਨਗੇ ਤੇ ਤੁਸੀਂ ਆਪ ਜਿਹੜਾ ਹੈਗਾ ਇਹਨਾਂ ਦੇ ਘਰ ਪਰ ਕੇ ਆਇਆ ਕਰੋਗੇ ਆਪ ਦੇ ਕੇ ਆਇਆ ਕਰੋਗੇ ਮਿੱਟੀ ਦੇ ਭਾਤੇ ਆਖਣਾ ਤੁਸੀਂ ਉਦੋਂ ਵੀ ਕੁਝ ਨਹੀਂ ਉਦੋਂ ਵੀ ਤੁਸੀਂ ਕੁਝ ਨਹੀਂ ਆਖਣਾ ਉਦੋਂ ਵੀ ਆਖੋ ਚਲੋ ਕੋਈ ਨਹੀਂ ਭਾਈ ਭਵੇਂ ਮਿੱਟੀ ਦੇ ਭਾਤੇ ਸਾਡੀ ਵਿਕੀ ਤਾਂ ਜਾਂਦੀ ਹੈ ਨਾ ਤੇ ਉਹ ਤੋਂ ਜੇਕਰ ਤੁਹਾਨੂੰ ਸ਼ਾਇਦ ਇਹ ਆਖ ਦੇਣ ਕਿ ਅਸੀਂ ਸਰਪ ਤੁਹਾਨੂੰ ਦੋ ਟੁੱਕ ਪੈਸੇ ਦਿਆ ਕਰ ਦਿਆ ਕਰਾਂਗੇ 2-4 ਰੁਪਏ ਦਿਆ ਕਰਾਂਗੇ ਤੁਸੀਂ ਫਿਰ ਉਸ ਭਾਅ ਤੇ ਵੀ ਵੇਚ ਆਉਣੀ ਆ ਉਸ ਭਾਅ ਤੇ ਵੀ ਤੁਸੀਂ ਜਿਹੜੀ ਹੈਗੀ ਉਹ ਉਹ ਸੁੱਟ ਆਉਣੀ ਆ ਅਸੀਂ ਨਾਰਾ ਦਿੱਤਾ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਆ ਇੱਥੇ ਇਕਤਾ ਤਾਂ ਖਿੰਡਦੀ ਪੁੰਦੀ ਦਿਖਾਈ ਦਿੰਦੀ ਆ ਕਿਉਂਕਿ ਕਿਸਾਨ ਆਗੂਆਂ ਦੇ ਬਿਆਨ ਵੀ ਆਏ ਆ ਕਿ ਕਿਸਾਨ ਆਗੂ ਇਸ ਚੀਜ਼ ਦੀ ਨਿੰਦਾ ਜ਼ਰੂਰ ਕਰ ਰਹੇ ਆ ਕਿ ਜਿਹੜੇ ਜਿਹੜੇ ਭਾਈ ਕਿਸਾਨ ਉੱਥੇ ਜਾ ਰਹੇ ਆ ਤਾਂ ਸਾਨੂੰ ਕੀ ਜ਼ਰੂਰਤ ਸੀ ਜੇਕਰ ਤੁਸੀਂ ਉੱਥੇ ਜਾ ਕੇ ਜਿਹੜੀ ਆਪਣੀ ਫਸਲ ਵੇਚਣੀ ਸੀ ਤਾਂ ਫਿਰ ਸਾਨੂੰ ਕੀ ਜ਼ਰੂਰਤ ਸੀ ਉੱਥੇ ਜਾ ਕੇ ਬੈਠਣ ਦੀ ਪਰ ਤੁਸੀਂ ਇਹ ਚੀਜ਼ ਨੂੰ ਸੱਚ ਸਾਬਤ ਕਰਕੇ ਦਿਖਾ ਦਿੱਤਾ ਤੁਸੀਂ ਤੁਸੀਂ ਇਹ ਦਿਖਾ ਦਿੱਤਾ ਕਿ ਸਾਡੇ ਨਾਲ ਜੋ ਮਰਜ਼ੀ ਕਰ ਲਵੋ ਜਿੰਨੀ ਮਰਜ਼ੀ ਸਰ ਨਾਲ ਕੁੱਤੇ ਖਾਣੀ ਹੋ ਜੇ ਸਾਨੂੰ ਫਰਕ ਕੋਈ ਨਹੀਂ ਪੈਂਦਾ ਸਾਨੂੰ ਫਰਕ ਜਿਹੜਾ ਪੂਰਾ ਨਹੀਂ ਪੈਂਦਾ ਤੁਹਾਡੇ ਇਸ ਬਹਾਦਰੀ ਪਰੇ ਕੰਮ ਤੇ ਇੱਕ ਕਹਾਣੀ ਜਿਹੜੀ ਆ ਹੂ ਬੂ ਟੁੱਕਦੀ ਆ ਉਹ ਕਹਾਣੀ ਮੈਂ ਤੁਹਾਨੂੰ ਸੁਣਾਉਂਗਾ ਜੇਕਰ ਤੁਸੀਂ ਸਮਝਦਾਰ ਹੋਮੋਗੇ ਤਾਂ ਆਪੇ ਹੀ ਸਮਝ ਜਾਵੋਗੇ ਕਿ ਸਾਡੇ ਨਾਲ ਹੋ ਕੀ ਰਿਹਾ ਆਗਦੇ ਨੇ ਕਿ ਇੱਕ ਵਾਰ ਇੱਕ ਰਾਜਾ ਹੁੰਦਾ ਸੀ ਤੇ ਰਾਜੇ ਨੇ ਦੇਖਣਾ ਸੀ ਕਿ ਮੇਰੀ ਪ੍ਰਜਾ ਜਿਹੜੀ ਆ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਦਮ ਰੱਖਦੀ ਵੀ ਆ ਕਿ ਨਹੀਂ ਰੱਖਦੀ ਤਾਂ ਇੱਕ ਪੁਲ ਦੇ ਉੱਪਰ ਜਿਸ ਪੁਲ ਦੇ ਉੱਪਰੋਂ ਜਿਹੜੇ ਆ ਪੂਰੇ ਪਿੰਡ ਵਾਸੀ ਉਹਦੀ ਪ੍ਰਜਾ ਜਿਹੜੀ ਹੈਗੀ ਆ ਪੁਲ ਪਾਰ ਕਰਦੇ ਸੀ ਉੱਥੇ ਉਹਨੇ ਇੱਕ ਆਪਣਾ ਮੁਲਾਜ਼ਮ ਲਾਤਾ ਕਿ ਭਾਈ ਜਿਹੜਾ ਜਿਹੜਾ ਇਨਸਾਨ ਇਹ ਪੁਲ ਨੂੰ ਪਾਰ ਕਰਿਆ ਕਰੂ ਤੂੰ ਉਹਦੇ ਇੱਕ ਥੱਪੜ ਮਾਰਨਾ ਹੈ ਉਹਦੇ ਇੱਕ ਜਿਹੜਾ ਛੱਤਰ ਹੈ ਉਹਨੇ ਇੱਕ ਛੱਤਰ ਫੜਾਤਾ ਤੂੰ ਛੱਤਰ ਮਾਰਨਾ ਹੈ ਉਹ ਇਦਾਂ ਹੀ ਚੱਲਦਾ ਗਿਆ ਤ ਰਾਜੇ ਨੇ ਦੇਖਿਆ ਕਿ ਕਿੰਨੇ ਦਿਨ ਪਾਈ ਇਹ ਚੀਜ਼ ਚੱਲਦੀ ਆ ਵੀ ਸਾਡੇ ਲੋਕ ਜਿਹੜੇ ਆ ਉਹ ਇਹ ਕਹਿਣ ਦਾ ਦਮ ਰੱਖਦੇ ਆ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਇੱਕ ਦਿਨ ਬੀਤਿਆ ਦੋ ਦਿਨ ਬੀਤੇ ਤਿੰਨ ਦਿਨ ਬੀਤੇ ਚਾਰ ਦਿਨ ਬੀਤੇ ਕੁਝ ਦਿਨਾਂ ਬਾਅਦ ਪ੍ਰਜਾ ਜਿਹੜੀ ਆ ਇਕੱਠੀ ਹੋ ਕੇ ਆ ਗਈ ਤੇ ਰਾਜਾ ਖੁਸ਼ ਹੋ ਗਿਆ ਕਿ ਪ੍ਰਜਾ ਜਿਹੜੀ ਆ ਉਹ ਇਕੱਠੀ ਹੋ ਕੇ ਆਈ ਆ ਤੇ ਕਿ ਪ੍ਰਜਾ ਜਿਹੜੀ ਹੈਗੀ ਆ ਉਹ ਇਹੀ ਆਖਣ ਦੇ ਲਈ ਆਈ ਹੋਣੀ ਆ ਕਿ ਰਾਜਾ ਜੇ ਜੋ ਵੀ ਤੁਸੀਂ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ ਪਰ ਰਾਜਾ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਪ੍ਰਜਾ ਨੇ ਆ ਕੇ ਆਪਣਾ ਦੁੱਖ ਰੋਇਆ ਆਪਣਾ ਦੁਖੜਾ ਰੋਇਆ ਤੇ ਉਹ ਦੁਖੜਾ ਕੀ ਸੀ ਦਵਾਕ ਦੇ ਤਾਂ ਉਥੇ ਆਖਿਆ ਕਿ ਰਾਜਾ ਜੀ ਅਸੀਂ ਇੱਕ ਬੇਨਤੀ ਬੇਨਤੀ ਲੈ ਕੇ ਆਇਆ। ਉਹਨੇ ਕਿਹਾ ਦੱਸੋ ਜੀ ਕੀ ਬੇਨਤੀ ਲੈ ਕੇ ਆਉ। ਉਹ ਕਹਿੰਦੇ ਜੀ ਜਦੋਂ ਅਸੀਂ ਲੰਘਦੇ ਆ ਤੁਹਾਡਾ ਮੁਲਾਜ਼ਮ ਜਿਹੜਾ ਸਾਡੇ ਛੇਤਰ ਮਾਰਦਾ ਉਹ ਕਹਿੰਦੇ ਜੀ ਜ਼ਰੂਰ ਮਾਰਦਾ। ਤਾਂ ਉਹ ਕਹਿੰਦੇ ਉਸ ਦੀ ਜਗ੍ਹਾ ਤੇ ਕੋਈ ਮੁਲਾਜ਼ਮ ਹੋਰ ਲਾ ਦਿਓ। ਰਾਜਾ ਕਹਿੰਦਾ ਕਿਉਂ? ਕਹਿੰਦਾ ਜੀ ਉਹ ਜਾਣੇ ਜਿਹੜੇ ਲੰਘਣ ਵਾਲੇ ਆ ਉਹ ਜ਼ਿਆਦਾ ਹੁੰਦੇ ਆ ਤੇ ਉਹਨੂੰ ਛੇਤਰ ਮਾਰਦਣ ਸਾਨੂੰ ਟਾਈਮ ਜਿਹੜਾ ਉਹ ਬੜਾ ਲੱਗ ਜਾਂਦਾ। ਤਾਂ ਕਰਕੇ ਤੁਸੀਂ ਉੱਥੇ ਦੋ ਮੁਲਾਜ਼ਮ ਲਾ ਦਿਓ ਤਾਂ ਜੋ ਇੱਕ ਇੱਕ ਕਰਕੇ ਜਿਹੜੇ ਹੈਗਾ ਛੇਤਰ ਮਾਰੀ ਜਾਇ ਕਰਨਗੇ ਤੇ ਅਸੀਂ ਜਲਦੀ ਦੇ ਨਾਲ ਪੁਲ ਪਾਰ ਕਰ ਤੇ ਇਹੀ ਗੱਲ ਭਰਾਓ ਸਾਡੀ ਵੀ ਆ ਜਿਵੇਂ ਇਹ ਕਹਾਣੀ ਸਾਡੇ ਉੱਤੇ ਵੀ ਟੁੱਕਦੀ ਆ ਕਿ ਸਾਨੂੰ ਕੋਈ ਕਿੰਨਾ ਵੀ ਕੁੱਤੇ ਕਿੰਨੀ ਸਾਡੇ ਨਾਲ ਕੁੱਤੇ ਕਹਾਣੀ ਹੋਏ ਉਸ ਤੋਂ ਬਾਅਦ ਜੇਕਰ ਸਾਨੂੰ ਵੋਟੀ ਦਿਖਾ ਦੇਣ ਜੇਕਰ ਸਾਨੂੰ ਥੋੜੀ ਜੀ ਜਿਹੜੀ ਹੈਗਾ ਲਾਲਚ ਦੇ ਦਿੱਤਾ ਜਾਵੇ ਚੂਸਾ ਦੇ ਦਿੱਤਾ ਜਾਵੇ ਤਾਂ ਅਸੀਂ ਭੱਜ ਕੇ ਉਸਦੇ ਵੱਲ ਹੋਵਾਂਗੇ ਤੇ ਉਸ ਵੇਲੇ ਉਹ ਬੰਦਾ ਉਹ ਇਨਸਾਨ ਸਾਡੇ ਲਈ ਚੰਗਾ ਬੜਾ ਹੋ ਜਾਂਦਾ ਹੁੰਦਾ ਹੈ ਤਾਂ ਪਾਬ ਹੁਣ ਅਸੀਂ ਆਪ ਦੇ ਆਪ ਜਿਹੜਾ ਹੈਗਾ ਕਬਜਾ ਕਰਵਾ ਰਹੇ ਹਾਂ ਆਪ ਦੇ ਹੱਥਾਂ ਦੇ ਨਾਲ ਲੈ ਕੇ ਜਾ ਰਹੇ ਹਾਂ ਕਿ ਕਾਰਪੋਰੇਟ ਘਰਾਣੇ ਆਉਣ ਤੇ ਕਾਰਪੋਰੇਟ ਘਰਾਣੇ ਸਾਡੇ ਤੇ ਕਬਜਾ ਕਰਨ ਤੇ ਜੇਕਰ ਇਸ ਤਰ੍ਹਾਂ ਦੇ ਨਾਲ ਹੀ ਚੱਲਿਆ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਖੁਦ ਨੂੰ ਮਜ਼ਦੂਰੀ ਆਪਣੇ ਖੇਤਾਂ ਦੇ ਵਿੱਚ ਕਰਨੀ ਪੈਣੀ ਹੈ ਜੋ ਅਸੀਂ ਸੁਣਦੇ ਸੀ ਕਿਰ ਆਪਣੇ ਖੇਤਾਂ ਦੇ ਵਿੱਚ ਮਜ਼ਦੂਰੀ ਕਰਨੀ ਪੂਜੇ ਕਾਰਪੋਰੇਟ ਘਰਾਣੇ ਜਿਹੜੇ ਹੈਗੇ ਆਉਣਗੇ ਤੇ ਜਿਸ ਤਰ੍ਹਾਂ ਦੇ ਨਾਲ ਇਹ ਤਬਦੀਲੀ ਜਿਹੜੀ ਤੁਸੀਂ ਲਿਆਂਦੀ ਹੈ ਜੇ ਜੋ ਤਬਦੀਲੀ ਇਸ ਵਾਰੀ ਆਈ ਹੈ ਤੇ ਇਸ ਤਬਦੀਲੀ ਦੇ ਨਾਲ ਜੇਕਰ ਕੰਮ ਇਸ ਤਰ੍ਹਾਂ ਦੇ ਨਾਲ ਹੀ ਚੱਲਦਾ ਰਿਹਾ ਤਾਂ ਉਹ ਦਿਨ ਫਿਰ ਦੂਰ ਨਹੀਂ ਜਦੋਂ ਸਾਡਾ ਸੋਨਾ ਅਸੀਂ ਮਿੱਟੀ ਦੇ ਭਾਅ ਇਹਨਾਂ ਨੂੰ ਸੁੱਟ ਕੇ ਆਇਆ ਕਰਾਂਗੇ ਕਿਉਂਕਿ ਅੱਜ ਲਾਲਚ ਜ਼ਰੂਰ ਦਿੱਤਾ ਜਾ ਰਿਹਾ ਅੱਜ ਸਾਨੂੰ ਲੱਗ ਰਿਹਾ ਹੋਣਾ ਕਿ ਨਹੀਂ ਯਾਰ ਪ੍ਰਾਈਵੇਟ ਖਰੀਦ ਚੰਗੀ ਆ ਪ੍ਰਾਈਵੇਟ ਜਿਹੜੇ ਅਸੀਂ ਖਰੀਦ ਜਿਹੜੀ ਕਰ ਰਹੇ ਆ ਉਹ ਚੰਗੇ ਆ ਤਾਂ ਆਉਣ ਵਾਲਾ ਕੱਲ ਜਿਹੜਾ ਆ ਉਹ ਇਸ ਤੋਂ ਕਿਤੇ ਮਾੜਾ ਹੋਣ ਵਾਲਾ ਆ ਤਾਂ ਉਸ ਵੇਲੇ ਸ਼ਾਇਦ ਅਸੀਂ ਇਹਨਾਂ ਨੂੰ ਮਾੜਾ ਕਹਿਣ ਦਾ ਜਿਹੜਾ ਹੈਗਾ ਆਮ ਮਾਦਾਬੀ ਨਹੀਂ ਰੱਖਾਂਗੇ ਕਿਉਂ ਕਿਉਂਕਿ ਅਸੀਂ ਖੁਦ ਬਖੁਦ ਸਰਕਾਰੀ ਖਰੀਦ ਖਤਮ ਕਰਦੇ ਜਾਵਾਂਗੇ ਜਦੋਂ ਸਾਰਾ ਮਾਲ ਜਿਹੜਾ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਕੋਲੇ ਜਾਊਗਾ ਤਾਂ ਸਰਕਾਰੀ ਖਰੀਦ ਨੇ ਖੁਦ ਬਖੁਦ ਬੰਦ ਹੋ ਜਾਣਾ ਸੋਣ ਸੋਚਣਾ ਅਸੀਂ ਆ ਸਮਝਣਾ ਅਸੀਂ ਆ ਕਿ ਸਹੀ ਕੀਆ ਗਲਤ ਕੀਆ ਮੈਂ ਕੋਈ ਬਹੁਤਾ ਵੱਡਾ ਨਹੀਂ ਸਮਝਾਉਣ ਵਾਲਾ ਨਹੀਂ ਪਰ ਜੋ ਚੀਜ਼ ਅੱਖਾਂ ਦੇ ਸਾਹਮਣੇ ਦਿਖ ਰਹੀ ਆ ਜੋ ਚੀਜ਼ ਗਲਤ ਆ ਉਸ ਗਲਤ ਨੂੰ ਗਲਤ ਕਹਿਣ ਦਾ ਦਮ ਜ਼ਰੂਰ ਰੱਖਤੇ ਆ ਤਾਂ ਸੋਚਿਆ ਕਿ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਿ ਗਲਤ ਕੀਆ ਸਹੀ ਕੀਆ ਤੇ ਜੇਕਰ ਤੁਹਾਨੂੰ ਫਿਰ ਵੀ ਇਹ ਸਹੀ ਲੱਗੇ ਤਾਂ ਜ਼ਰੂਰ ਸੋਚ ਲਿਆ ਕਰੋ ਸਾਡਾ ਕਸੂਰ ਕੀ ਸੀ ਜੋ ਅਸੀਂ ਲੰਬਾ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਏ ਆ ਜੋ ਲੰਬਾ ਸਮਾਂ ਕਿਸਾਨ ਭਰਾ ਦਿੱਲੀ ਦੀਆਂ ਬਰੂਹਾਂ ਤੇ ਬੈਠਿਆ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਤੋਂ ਜਾ ਕੇ ਪੁੱਛ ਲਿਆ ਕਰੋ ਦੋਨਾਂ ਘਰਾਂ ਤੋਂ ਜਾ ਕੇ ਪੁੱਛੋ ਜੋ ਕਿਸਾਨ ਭਰਾ ਜਿਹੜੇ ਦਿੱਲੀ ਗਏ ਜ਼ਰੂਰ ਇਹ ਆ ਕੇ ਗਏ ਸੀ ਕਿ ਅਸੀਂ ਜਿੱਤ ਕੇ ਵਾਪਸ ਮੁੜਾਂਗੇ ਪਰ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਘਰ ਤੱਕ ਆਈਆਂ ਉਹਨਾਂ ਦੇ ਪਰਿਵਾਰਾਂ ਕੋਲੇ ਜਾ ਕੇ ਉਹਨਾਂ ਦੀ ਪੀੜ ਜ਼ਰੂਰ ਸਮਝੋ ਉਹਨਾਂ ਦੀ ਪੀੜ ਜਿਹੜੀ ਇੱਕ ਵਾਰੀ ਸੁਣਿਓ ਜ਼ਰੂਰ ਤੇ ਜੇਕਰ ਤੁਹਾਡੀ ਉਹ ਪੀੜ ਸੁਣ ਕੇ ਅੱਖ ਨਾਮ ਹੁੰਦੀ ਆ ਤਾਂ ਫਿਰ ਤੁਸੀਂ ਖੁਦ ਹੀ ਸਮਝ ਰਹੇ ਹੋ ਕਿ ਅਸੀਂ ਸਹੀ ਕਰ ਰਹੇ ਹਾਂ ਜਾਂ ਅਸੀਂ ਗਲਤ ਕਰ ਰਹੇ ਹਾਂ ਸੋ ਅੱਗੇ ਵੀ ਮਿਲਦੇ ਰਹਾਂਗੇ ਆਰਐਮਬੀ ਟੈਲੀਵਿਜ਼ਨ ਤੇ ਹੁਣ ਆਪਣੇ ਦੋਸਤ ਚਸਕਰੇ ਬੌਂਦੇ ਉਹ ਇਜਾਜ਼ਤ ਧੰਨਵਾਦ ਜੀ